ਗਿੱਪੀ ਗਰੇਵਾਲ ਜੀ ਨੇ ਇੱਕ ਤੁਹਾਡੀ ਵੀਡੀਓ ਵੀ ਸ਼ੇਅਰ ਕੀਤੀ ਸੀ ਜਦੋਂ ਤੁਹਾਨੂੰ ਪਦਮਸ਼੍ਰੀ ਮਿਲਿਆ, ਫੋਨ ਚਲਾ ਰਹੇ ਸੀਗੇ ਤੁਸੀਂ ਉਹਨਾਂ ਦੇ ਨਾਲ ਕੰਮ ਕਰਕੇ ਕਿੱਦਾਂ? ਅੱਛਾ ਅੱਛਾ ਲੱਗਿਆ ਉਹ ਤਾਂ ਮਤਲਬ ਗਿੱਪੀ ਦੀ ਅਰਦਾਸ ਅਸੀਂ ਕਰ ਰਹੇ ਸੀ ਪਰ ਰੱਬ ਨੇ ਮੇਰੀ ਅਰਦਾਸ ਉੱਥੇ ਹੀ ਸੁਣੀ ਹੈ ਵੀ ਮੇਰੇ ਲਈ ਬਹੁਤ ਲੱਕੀ ਰਹੀ ਅਰਦਾਸ। ਪੰਜਾਬੀ ਇੰਡਸਟਰੀ ਦੇ ਵਿੱਚ ਕੌਣ ਅਜਿਹਾ ਕਲਾਕਾਰ ਹੈ ਜੋ ਤੁਹਾਨੂੰ ਸੱਚੀ ਬਹੁਤ ਜ਼ਿਆਦਾ ਪਸੰਦ ਹੈ ਜਾਂ ਜਿਹਦਾ ਕੰਮ ਕਰਕੇ ਕੰਮ ਦੇ ਕੇ ਤੁਸੀਂ ਬਹੁਤ ਖੁਸ਼ ਹੋ? ਕਿੰਨੀ ਉਮਰ ਦੇ ਵਿੱਚ ਵੈਸੇ ਅਗਰ ਮੈਂ ਪੁੱਛਣਾ ਚਾਹੂੰਗੀ ਸ਼ੁਰੂ ਕੀਤਾ ਤੁਸੀਂ ਐਕਟਿੰਗ? ਐਕਟਿੰਗ ਤਾਂ ਸਕੂਲ 'ਚ ਵੀ ਕਰਦੇ ਸੀ ਬੱਟੀ ਕਾਲਜ 'ਚ ਵੀ ਕੀਤੀ ਹੈ, ਫਿਰ ਇੱਥੇ ਚਾਰਟ 'ਚ ਮੈਂ ਮਿਸਟਰ ਹਰਪਾਲ ਟਵਾਣਾ ਨੀਨ ਅਡਵਾਣੀ ਕੋਲ ਆ ਗਈ ਸੀ ਫਿਰ ਸ਼ੁਰੂ ਕੀਤਾ ਬੇਟੇ। ਲੋਕਾਂ ਨੇ ਬਹੁਤ ਪਿਆਰ ਕੀਤਾ, ਲੋਕਾਂ ਨੇ ਐਡਾ ਵੱਡਾ ਬਣਾਇਆ ਮੈਨੂੰ, ਆਮ ਜਿਹੜੇ ਲੋਕ ਹੈ ਨਾ ਪ੍ਰਸ਼ੰਸਕ ਨੇ ਮੇਰੇ ਪਿਆਰੇ ਨੇ ਘਰ ਦੇ ਰਿਸ਼ਤੇਦਾਰ ਦੋਸਤ ਮਿੱਤਰ ਅਤੇ ਜਿੰਨੀ ਵੀ ਆਡੀਅੰਸ ਹੈਗੀ ਹੈ ਉਹਨਾਂ ਨੇ ਮੈਨੂੰ ਬਣਾਇਆ ਬੇਟੇ। ਕਈ ਮਹਿੰਗੇ ਸ਼ੌਂਕ ਗੱਡੀਆਂ ਦੇ ਕੱਪੜਿਆਂ ਦੇ, ਤੁਹਾਡਾ ਕੋਈ ਇਹੋ ਜਿਹਾ ਸ਼ੌਂਕ ਹੈ? ਬਸ ਮੇਰਾ ਇਸ ਉਮਰ 'ਚ ਤਾਂ ਕੀ ਸ਼ੌਂਕ ਹੋਣਾ ਜੇ ਜਵਾਨ ਹੁੰਦੀ ਸ਼ਾਇਦ ਹੁੰਦੇ, ਪਰ ਹੁਣ ਮੇਰਾ ਕੋਈ ਸ਼ੌਂਕ ਨਹੀਂ ਹੈ, ਛੱਡ ਕੇ ਤਾਂ ਸਾਰਾ ਕੁਛ ਹੀ ਜਾਣਾ, ਹੁਣ ਇਹ ਪੈਸੇ ਵੇਸਟ ਕਰਨ ਦੀ ਕੀ ਲੋੜ ਹੈ। ਮਹਿੰਗੀ ਗੱਡੀਆਂ ਤਾਂ ਵੀ ਨਹੀਂ ਸ਼ੌਂਕ ਤੁਹਾਨੂੰ? ਮਰਸਡੀਜ਼ ਲੈਣੀ ਆ ਤਾਂ ਇੱਕ ਹੀ ਮੂਵੀ ਤੁਹਾਡੀ ਪਤਾ ਨਹੀਂ ਕਿੰਨੇ ਕਿੰਨੇ ਵਾਰ ਦੇਖਦੇ, ਡਾਇਲੋਗ ਤੱਕ ਚੇਤੇ ਰਹਿੰਦੇ ਆ ਸਾਨੂੰ ਤਾਂ। ਤੁਹਾਨੂੰ ਕਿਹਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਦਾ ਕਿ ਐਂ ਲੱਗਦਾ ਜਿਵੇਂ ਘਰ ਬੈਠੇ ਹਾਂ ਅਸੀਂ? ਨਹੀਂ ਨਹੀਂ ਐਂ ਸਾਰਿਆਂ ਨਾਲ ਹੀ ਲੱਗਦਾ ਹੁੰਦਾ, ਅਸੀਂ ਸਾਰੇ ਰਲ ਮਿਲ ਕੇ ਇਕੱਠੇ ਕੰਮ ਕਰਦੇ ਹਾਂ।